ਧਿਆਨ ਕਿਰਤ ਦਾ ਨਹੀਂ ਕਰਤੇ ਦਾ ਧਰੋ ਸਤਿਕਾਰਯੋਗ શ્રીਮਾਨ ਸੰਤ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਮੈਂ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਦੀ ਪੁਸਤਕ ਦਰਵੇਸੀ ਗਾਖੜੀ ਵਿੱਚੋਂ ਬਾਬਾ ਫਰੀਦ ਜੀ ਦੇ ਪਾਵਨ ਉਚਾਰਨ ਕੀਤੇ ਬਚਨ ਕਿ ਖੁਦਾ ਦੀ ਇਬਾਦਤ ਕਰਦਿਆਂ ਕਿਸੇ ਹੋਰ ਖਿਆਲ ਨੂੰ ਨੇੜੇ ਨਾ ਆਉਣ ਦਿਓ ਬਸ ਤੁਸੀਂ ਹੋ ਜਾਂ ਤੁਹਾਡੇ ਸਾਹਮਣੇ ਤੁਹਾਡਾ ਖੁਦਾ ਹੋਵੇ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਬਾਬਾ ਫਰੀਦ ਜੀ ਦੇ ਬਚਨ ਆਪਣੀ ਪੁਸਤਕ ਦਰਵੇਸੀ ਗਾਖੜੀ ਵਿੱਚ ਲਿਖੇ ਨੇ ਕਿ ਬਾਬਾ ਜੀ ਦਾ ਬਾਬਾ ਫਰੀਦ ਜੀ ਦਾ ਇਹ ਬਚਨ ਸੀ ਕਿ ਖੁਦਾ ਦੀ ਇਬਾਦਤ ਕਰਦੇ ਹਾਂ ਕਿਸੇ ਹੋਰ ਖਿਆਲ ਨੂੰ ਨੇੜੇ ਨਾ ਆਉਣ ਦਿਓ ਬਸ ਤੁਸੀਂ ਹੋਵੋ ਜਾਂ ਤੁਹਾਡੇ ਸਾਹਮਣੇ ਤੁਹਾਡਾ ਖੁਦਾ ਹੋਵੇ ਅਗਲੇ ਬਚਨ ਸਨ ਕਿ ਇੱਕ ਦਿਨ ਇੱਕ ਦਰਵੇਸ਼ ਦੂਸਰੇ ਦਰਵੇਸ਼ ਨੂੰ ਕਹਿਣ ਲੱਗਾ ਕਿ ਜਦ ਤੁਸੀਂ ਅੰਮ੍ਰਿਤ ਵੇਲੇ ਖੁਦਾ ਦੀ ਯਾਦ ਵਿੱਚ ਜੁੜਦੇ ਹੋ ਤਾਂ ਤੁਸੀਂ ਮੇਰੇ ਲਈ ਖੁਦਾ ਅੱਗੇ ਦੁਆ ਕਰਨਾ ਇੱਕ ਦਰਵੇਸ਼ ਦੂਸਰੇ ਦਰਵੇਸ਼ ਨੂੰ ਕਹਿਣ ਲੱਗਾ ਕਿ ਜਦੋਂ ਤੁਸੀਂ ਅੰਮ੍ਰਿਤ ਵੇਲੇ ਖੁਦਾ ਦੀ ਇਬਾਦਤ ਵਿੱਚ ਜੁੜਦੇ ਹੋ ਤਾਂ ਤੁਸੀਂ ਮੇਰੇ ਲਈ ਖੁਦਾ ਅੱਗੇ ਦੁਆ ਕਰਨਾ ਤਾਂ ਦਰਵੇਸ਼ ਨੇ ਉੱਤਰ ਦਿੱਤਾ ਕਿ ਸੱਜਣਾ ਉਸ ਘੜੀ ਖੁਦਾ ਮੈਨੂੰ ਇਸ ਦੁਨੀਆ ਤੋਂ ਉਠਾ ਲਏ ਜਦੋਂ ਉਸ ਦੀ ਯਾਦ ਨਾਲ ਹੋਰ ਕਿਸੇ ਦੀ ਯਾਦ ਆਰ ਆਲੇ ਉਸ ਘੜੀ ਖੁਦਾ ਮੈਨੂੰ ਇਸ ਦੁਨੀਆ ਤੋਂ ਹੀ ਉਠਾ ਲਵੇ ਜਦੋਂ ਉਸ ਮਾਲਕ ਦੀ ਯਾਦ ਦੇ ਨਾਲ ਕਿਸੇ ਹੋਰ ਦੀ ਯਾਦ ਆਰਲੇ ਇਹ ਬਚਨ ਦਰਵੇਸ਼ੀ ਗਾਖੜੀ ਦੇ ਪੰਨਾ 33 ਉੱਪਰ ਦਰਜ ਨੇ ਬਾਬਾ ਜੀ ਲਿਖਦੇ ਨੇ ਕਿ ਇਹ ਬਚਨ ਪੜਦਿਆਂ ਪੜਦਿਆਂ ਇੱਕਦਮ ਪੂਰਨ ਦਰਵੇਸ਼ ਗੁਰਸਿੱਖ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਕਾਲ ਦੀਆਂ ਦੋ ਘਟਨਾਵਾਂ ਜੋ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਵਾਪਰੀਆਂ ਯਾਦਾਂ ਦੇ ਝਰੋਕੇ ਵਿੱਚੋਂ ਇੱਕਦਮ ਬਾਹਰ ਆਈਆਂ ਜਿਨ੍ਹਾਂ ਦੀ ਸਾਹਜ ਆਪ ਸੰਗਤਾਂ ਨਾਲ ਪਾਉਣ ਲੱਗੇ ਹਨ ਮਹਾਪੁਰਖਾਂ ਦਾ ਜੀਵਨ ਸਮੁੱਚਾ ਗੁਰੂ ਪ੍ਰਾਣ ਸੀ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ੍ਰੀ ਰਾਗ ਅੰਦਰ ਦਰਜ ਪ੍ਰਮਾਨ ਅਨੁਸਾਰ ਕਿ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨសា ਪੂਰਨਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਕੰਮ ਹੈ। ਕਿਆ ਕਥਿ ਕਥਨ ਹਾਰ। ਜਿਤੜੇ ਫਲ ਮਨ ਬਾਂਚੀਐ ਤਿਤੜੇ ਸਤਗੁਰ ਪਾਸ। ਸਤਗੁਰ ਸਰਣੀ ਆਇਆ ਬਹੁੜ ਨਹੀਂ ਬినాਸ਼। ਹਰ ਨਾਨਕ ਕਦੇ ਨਾ ਵਿਸਰੋ। ਇਹ ਜੀਉ ਪਿੰਡ ਤੇਰਾ ਸਾਸ। ਇਸ ਅਨਸਾਰ ਬਾਬਾ ਜੀ ਤਨ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਪ੍ਰਮਾਤਮਾ ਦਾ ਰੂਪ ਜਾਣ ਕੇ ਪੂਜਦੇ ਤੇ ਮੰਨਦੇ ਸਨ। ਪੂਰਨ ਪ੍ਰਮਾਤਮਾ ਦਾ ਰੂਪ ਮੰਨ ਕੇ ਪੂਜਣ ਤੇ ਮੰਨਣ ਵਾਸਤੇ ਪੂਰਨ ਧਿਆਨ ਦੀ ਲੋੜ ਹੈ ਜੇ ਧਿਆਨ ਲਾਂਭੇ ਚਲਾ ਜਾਵੇ ਤਾਂ ਉਹ ਪੂਜਣਾ ਤੇ ਮੰਨਣਾ ਕਰਮਕਾਂਡ ਬਣ ਜਾਂਦਾ ਹੈ ਕਰਮਕਾਂਡ ਗੁਰੂ ਦਰਬ ਵਿੱਚ ਪ੍ਰਵਾਨ ਨਹੀਂ ਹੁੰਦਾ ਜਿੱਥੇ ਅਸੀਂ ਸਰੀਰ ਕਰਕੇ ਪੂਜਣ ਤੇ ਮੰਨਣ ਦੀ ਕਿਰਿਆ ਕਰਨੀ ਹੈ ਉੱਥੇ ਪੂਜਣ ਤੇ ਮੰਨਣ ਦੇ ਨਾਲ ਧਿਆਨ ਤੇ ਇਕਾਗਰਤਾ ਦਾ ਹੋਣਾ ਅਤਿ ਲਾਜ਼ਮੀ ਹੈ ਜਿਹੜੀ ਵੀ ਵਸਤੂ ਸਾਡਾ ਧਿਆਨ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਧੋੜ ਤੋੜ ਕੇ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੋਵੇ ਉਸ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜਿਵੇਂ ਆਪਾਂ ਕਈ ਥਾਵਾਂ ਤੇ ਵੇਖਦੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਪਹਿਲੇ ਸਤਿਗੁਰਾਂ ਦੀਆਂ ਕਲਪਤ ਫੋਟੋ ਰੱਖੀਆਂ ਹੁੰਦੀਆਂ ਹਨ ਜਾਂ ਸਜਾਵਟ ਵਾਸਤੇ ਸ਼ੇਰਾਂ ਮੋਰਾਂ ਜਾਂ ਲੱਕੜ ਦੇ ਕੋ ਹੋਰ ਪੱਥਰ ਦੇ ਬੁੱਤ ਜਾਂ ਵੱਡੇ ਆਕਾਰ ਹੀ ਜਾਂ ਦਰਮਿਆਨੇ ਆਕਾਰ ਦੇ ਇਸ ਤਰ੍ਹਾਂ ਦੇ ਰੱਖੇ ਹੋਏ ਹੁੰਦੇ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਜਗਿਆਸੂ ਗਰੀਬ ਨਿਵਾਜ਼ ਦਾਤਾਰ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਜਾਂਦਾ ਹੈ ਤਾਂ ਬਦੋ-ਬਦੀ ਉਸ ਦਾ ਧਿਆਨ ਸਤਿਗੁਰਾਂ ਦੇ ਸਨਮੁਖ ਜਾਂ ਮੋਹਰੇ ਰੱਖੀਆਂ ਫੋਟੋ ਜਾਂ ਹੋਰ ਸਜਾਵਟ ਵਾਲੇ ਮੋਰਾ ਸ਼ੇਰਾਂ ਤੇ ਪੈਂਦਾ ਤਾਂ ਜਗਿਆਸੂ ਦੀ ਵਰਤੀ ਕੱਚੀ ਹੋਣ ਕਰਕੇ ਉਸ ਦਾ ਧਿਆਨ ਸ਼ਬਦ ਗੁਰੂ ਨਾਲੋਂ ਟੁੱਟ ਕੇ ਇਹਨਾਂ ਪ੍ਰੇਤ ਮਾਵਾਂ ਦੀ ਕਾਰੀਗਰੀ ਵਿੱਚ ਖਛਤ ਹੋ ਜਾਂਦਾ ਹੈ ਤੇ ਮਨੁੱਖ ਦੇ ਬੱਲੇ ਪੂਰਨ ਲਾਭ ਦੀ ਥਾਂ ਕਰਮ ਕਾਂਡ ਹੀ ਪੈਂਦਾ ਹੈ ਕਿਉਂਕਿ ਗੁਰੂ ਨੂੰ ਨਮਸਕਾਰ ਕਰਨ ਦੇ ਕਰਮ ਵਿੱਚੋਂ ਧਿਆਨ ਬੁੱਤਾਂ ਵੱਲ ਚਲਾ ਗਿਆ ਭਾਵ ਮਨ ਬੁੱਤਾਂ ਵੱਲ ਚਲੇ ਗਿਆ ਜਾਂ ਫੋਟੋਆਂ ਵਿੱਚ ਚਲੇ ਗਿਆ ਜਿਸ ਕਰਕੇ ਜਿਸ ਕਰਮ ਵਿੱਚੋਂ ਧਿਆਨ ਵੱਖ ਹੋ ਜਾਵੇ ਉਹ ਸਰੀਰਕ ਕਰਮ ਕਾਂਡ ਹੀ ਰਹਿ ਜਾਂਦਾ ਹੈ ਫਿਰ ਦੁਬਾਰਾ ਬਾਤ ਲਈਏ ਕਿ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਗਿਆਸੂ ਨਤਮਸਤਕ ਹੁੰਦਾ ਹੈ ਮੱਥਾ ਟੇਕਦਾ ਹੈ ਤਦ ਜੇ ਸਤਿਗੁਰਾਂ ਦੇ ਅੱਗੇ ਫੋਟੋਆਂ ਜਾਂ ਸਜਾਵਟੀ ਮੋਰ ਸ਼ੇਰ ਜਾਂ ਹੋਰ ਕੋ ਪ੍ਰਤਮਾਵਾਂ ਮੂਰਤੀਆਂ ਤਾਂਤਕ ਪਈਆਂ ਹੋਣ ਤਾਂ ਜਗਿਆਸੂ ਦੀ ਬਿਰਤੀ ਕੱਚੀ ਹੋਣ ਕਰਕੇ ਉਸ ਦਾ ਧਿਆਨ ਸ਼ਬਦ ਗੁਰੂ ਨਾਲੋਂ ਟੁੱਟ ਕੇ ਇਹਨਾਂ ਮੂਰਤੀਆਂ ਦੀ ਕਾਰੀਗਰੀ ਵਿੱਚ ਖਛਤ ਹੋ ਜਾਂਦਾ ਹੈ ਤੇ ਮਨੁੱਖ ਦੇ ਪੱਲੇ ਪੂਰਨ ਲਾਭ ਦੀ ਥਾਂ ਕਰਮ ਕਾਂਡ ਹੀ ਪੈਂਦਾ ਹੈ ਕਿਉਂਕਿ ਗੁਰੂ ਨੂੰ ਨਮਸਕਾਰ ਕਰਨ ਦੇ ਕਰਮ ਵਿੱਚੋਂ ਧਿਆਨ ਭਾਵ ਮਨ ਇਹਨਾਂ ਮੂਰਤੀਆਂ ਵੱਲ ਜਾਂ ਬੁੱਤਾਂ ਵੱਲ ਜਾਂ ਫੋਟੋਆਂ ਵੱਲ ਚਲਾ ਗਿਆ ਤੇ ਜੇ ਇਸ ਕਰਮ ਵਿੱਚੋਂ ਧਿਆਨ ਵੱਖ ਹੋ ਜਾਵੇ ਉਹ ਕੇਵਲ ਸਰੀਰਕ ਕਰਮਕਾਂਡ ਰਹਿ ਜਾਂਦਾ ਹੈ ਤੇ ਸਰੀਰਕ ਕਰਮਕਾਂਡ ਪਰਥਾਏ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੂਹੀ ਰਾਗ ਅੰਦਰ ਬਚਨ ਕੀਤਾ ਹੈ ਕਿ ਕਰਮ ਧਰਮ ਪਾਖੰਡ ਜੋ ਦੀ ਸਹਿ ਤਿਨ ਜਮ ਜਾਗਾਤੀ ਲੂਟੈ ਵੇਖਣ ਵਿੱਚ ਆਇਆ ਹੈ ਕਿ ਕਈ ਗੁਰੂ ਘਰਾਂ ਵਿੱਚ ਤਾਂ ਦੀਵਾਰਾਂ ਉੱਪਰ ਫੋਟੋਆਂ ਲਾ ਕੇ ਗੁਰਦੁਆਰੇ ਨੂੰ ਹੀ ਅਜਾਇਬ ਘਰ ਦਾ ਰੂਪ ਦਿੱਤਾ ਹੁੰਦਾ ਹੈ ਜਿਸ ਹਾਲ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਨਾ ਉਸ ਹਾਲ ਦੀਆਂ ਉਸ ਕਮਰੇ ਦੀਆਂ ਦੀਵਾਰਾਂ ਉੱਪਰ ਹੀ ਫੋਟੋਆਂ ਲਾਈਆਂ ਹੁੰਦੀਆਂ ਹਨ ਜੋ ਕਿ ਇੱਕ ਅਜਾਇਬ ਘਰ ਦਾ ਭਲੇਵਾ ਪਾਉਂਦੀਆਂ ਹਨ ਬਾਬਾ ਜੀ ਸਤਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਗੁਰਦੁਆਰਾ ਸਾਹਿਬ ਅੰਦਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੇ ਹੀ ਜ਼ੋਰ ਦਿਆ ਕਰਦੇ ਸਨ ਗੁਰਦੁਆਰਾ ਸਾਹਿਬ ਵਿੱਚ ਫੋਟੋ ਜਾਂ ਸਜਾਵਟ ਲਈ ਮੋਰਾਂ ਜਾਂ ਸ਼ੇਰਾਂ ਦੇ ਬੁੱਤ ਰੱਖਣ ਦੇ ਬਹੁਤ ਖਿਲਾਫ ਸਨ ਜੇ ਕਿਸੇ ਨੇ ਸਤਗੁਰਾਂ ਜਾਂ ਗੁਰਸਿੱਖ ਯੋਧਿਆਂ ਦੀ ਯਾਦ ਖਾਤਰ ਤਸਵੀਰ ਲਾਉਣੀ ਤਾਂ ਉਹਨਾਂ ਆਖਣਾ ਕਿ ਉਹ ਆਪਣੇ ਰਹਿਸ਼ੀય ਸਥਾਨ ਤੇ ਲਾ ਲੈਣ ਕਿਉਂਕਿ ਸਤਗੁਰਾਂ ਭਗਤਾਂ ਤੇ ਗੁਰਸਿੱਖ ਯੋਧਿਆਂ ਦੇ ਚਿੱਤਰ ਵੇਖ ਕੇ ਸਾਡੇ ਹਿਰਦੇ ਵਿੱਚ ਤਿਨਾ ਦੇਖ ਮਨ ਚਾਉ ਉਠੰਦਾ ਦੀ ਲਾਲਸਾ ਉਤਪਨ ਹੁੰਦੀ ਹੈ ਤੇ ਧਿਆਨ ਉਹਨਾਂ ਸਤਿਗੁਰਾਂ ਵਾਲੇ ਪਾਸੇ ਜਾਂ ਯੋਧਿਆਂ ਦੀਆਂ ਕਾਰਨਾਮੀਆਂ ਵਾਲੇ ਪਾਸੇ ਜਾਂਦਾ ਹੈ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਅਜਿਹੀਆਂ ਤਸਵੀਰਾਂ ਲਾਉਣੀਆਂ ਸ਼ੋਭਾ ਨਹੀਂ ਦਿੰਦੀਆਂ 1974 ਈਸਵੀ ਨੂੰ ਸੰਗਤ ਦੀ ਪ੍ਰੇਰਣਾ ਦੇਣ ਤੇ ਬਾਬਾ ਜੀ ਨੇ ਦੋਹਾਂ ਬੱਸਾਂ ਦਾ ਪ੍ਰਬੰਧ ਕਰਕੇ ਪੰਜਾਬ ਦੇ ਗੁਰਧਾਮਾਂ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਬਣਾਇਆ ਯਾਤਰਾ ਦੇ ਦੂਸਰੇ ਦਿਨ ਬਣੇ ਹੋਏ ਪ੍ਰੋਗਰਾਮ ਅਨੁਸਾਰ ਬਾਬਾ ਜੀ ਸਾਰੀ ਸੰਗਤ ਸਮੇਤ ਗੁਰਦੁਆਰਾ ਸ੍ਰੀ ਭਪੌਰ ਸਾਹਿਬ ਜਿੱਥੇ ਸਤਿਗੁਰੂ ਤਨ ਕਲਗੀ ਤਰਪਾਦਾ ਸਾਹਿਬ ਜੀ ਨੇ ਬੇਂਤੀ ਚੌਪਈ ਸ਼ਬਦ ਦਾ ਪਾਠ ਉਚਾਰਨ ਕੀਤਾ ਹੈ ਉੱਥੇ ਦੁਪਹਿਰ ਨੂੰ ਪੁੱਜੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਉਸ ਸਮੇਂ ਉਸ ਅਸਥਾਨ ਦੀ ਸੇਵਾ ਕਰਵਾ ਰਹੇ ਸਨ ਜਦੋਂ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਨੂੰ ਬਾਬਾ ਜੀ ਦੇ ਸੰਗਤ ਸਮੇਤ ਗੁਰੂ ਘਰ ਦੇ ਦਰਸ਼ਨ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਅਗਾਂਹ ਹੋ ਕੇ ਬਾਬਾ ਜੀ ਅਤੇ ਸੰਗਤ ਨਾਲ ਗੁਰਫਤ ਦੇ ਦੀ ਸਾਂਝ ਕੀਤੀ ਤੇ ਜਲ ਪਾਣੀ ਛੱਕ ਕੇ ਜਾਣ ਲਈ ਕਿਹਾ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਬੇਨਤੀ ਕੀਤੀ ਕਿ ਅਸੀਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਉਂਦੇ ਹਾਂ ਫਿਰ ਜਾਣ ਤੋਂ ਪਹਿਲਾਂ ਆਪ ਜੀ ਪਾਸ ਜਲ ਪਾਣੀ ਛੱਕ ਕੇ ਜਾਵਾਂਗੇ ਇਧਰ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਨੇ ਇੱਕ ਵੱਡੇ ਕੜਾਹੇ ਵਿੱਚ ਸੇਵਾਦਾਰ ਨੂੰ ਕਹਿ ਕੇ ਪਾਣੀ ਪੋਵਣਾ ਸ਼ੁਰੂ ਕਰ ਦਿੱਤਾ ਤੇ ਪਿਆਰ ਵਿੱਚ ਵਜਦ ਵਿੱਚ ਸੰਗਤ ਦੀ ਸੇਵਾ ਕਰਨ ਲਈ ਇਤਨਾ ਉਤਸ਼ਾਹ ਆਇਆ ਕਿ ਹੱਥ ਵਿੱਚ ਫੜਨ ਵਾਲਾ ਖੂੰਡਾ ਪਾਣੀ ਨਾਲ ਧੋਸਵਾਰ ਕੇ ਹੱਥ 'ਚ ਫੜ ਲਿਆ ਸੇਵਾਦਾਰ ਨੇ ਬਾਲਟੀ ਭਰ ਕੇ ਦੁੱਧ ਦੀ ਪਾ ਦਿੱਤੀ ਤੇ ਆਪ ਬਾਬਾ ਜੀ ਨੇ ਆਪਣੇ ਖੂੰਡੇ ਨਾਲ ਬੜੀ ਮਸਤੀ ਵਿੱਚ ਕੜਾਹੇ ਵਿੱਚ ਖੂੰਡਾ ਫੇਰ ਕੇ ਖੰਡ ਘੋਲਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਉੱਚੀ ਆਵਾਜ਼ ਮਾਰੀ ਤੇ ਸੇਵਾਦਾਰ ਨੂੰ ਆਖਿਆ ਕਿ ਇੱਕ ਬਾਲਟੀ ਹੋਰ ਭਾਈ ਲਿਆ ਦੁੱਧ ਦੀ ਤੇ ਇਸ ਕੜਾਹੇ ਵਿੱਚ ਪਾ ਦੇ। ਉਧਰ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਅਸੀਂ ਸਾਰੇ ਹੱਥ ਪੈਰ ਧੋ ਕੇ ਪੰਜ ਸ਼ਨਾਨਾ ਕਰਕੇ ਗੁਰ ਅਸਥਾਨ ਦੇ ਬਿਪੌਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਦੇ ਨਾਲ ਹੀ ਸਾਰੀ ਸੰਗਤ ਸਮੇਤ ਗੁਰਦੁਆਰਾ ਸਾਹਿਬ ਅੰਦਰ ਚਲੇ ਗਏ। ਬਾਬਾ ਜੀ ਅੱਗੇ ਅੱਗੇ ਸਨ। ਬਾਬਾ ਜੀ ਨੇ ਇੱਕ ਹੱਥ ਵਿੱਚ ਖੂੰਡੀ ਫੜੀ ਹੋਈ ਸੀ ਕਿਉਂਕਿ ਸਰੀਰ ਵਿਰਧ ਸੀ ਇਸ ਕਰਕੇ ਖੂੰਡਰੀ ਖੂੰਡੀ ਦਾ ਆਸਰਾ ਲੈ ਕੇ ਬਾਬਾ ਜੀ ਤੁਰਿਆ ਕਰਦੇ ਸਨ ਤੇ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਹੱਥ ਬਾਬਾ ਜੀ ਨੇ ਇਹਨਾਂ ਦੇ ਮੋਢੇ ਉੱਪਰ ਰੱਖਿਆ ਹੋਇਆ ਸੀ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਾਹਮਣੇ ਜੰਗਲੇ ਦੇ ਅੰਦਰ ਦਰਮਿਆਨੇ ਸਾਈਜ਼ ਦੇ ਦੋ ਸ਼ੇਰਾਂ ਦੇ ਬੁੱਤ ਦੋਨੇ ਪਾਸੇ ਕਾ ਇੱਕ ਇੱਕ ਕਰਕੇ ਇੱਕ ਉਧਰ ਤੇ ਇੱਕ ਉਧਰ ਸਜਾਵਟ ਵਾਸਤੇ ਰੱਖੇ ਹੋਏ ਸਨ ਬਾਬਾ ਜੀ ਦੀ ਨਜ਼ਰ ਉਹਨਾਂ ਦੋਵਾਂ ਸ਼ੇਰਾਂ ਦੇ ਬੁੱਤਾਂ ਉੱਪਰ ਪੈ ਗਈ। ਆਪ ਜਿਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਫਤਿਹ ਬੁਲਾਉਣ ਉਪਰੰਤ ਬਾਬਾ ਜੀ ਕਹਿਣ ਲੱਗੇ ਕਿ ਦੇਖੋ ਮਹਾਪੁਰਖ ਵੀ ਸਾਨੂੰ ਸ਼ੇਰਾਂ ਨੂੰ ਹੀ ਮੱਥਾ ਟਿਕਾਈ ਜਾਂਦੇ ਹਨ। ਇਹਨਾਂ ਕਹਿ ਕੇ ਬਾਬਾ ਜੀ ਨੇ ਸ਼ੇਰ ਦੇ ਬੁੱਤ ਦੇ ਕੰਨ ਤੇ ਜ਼ੋਰ ਨਾਲ ਛੋਟੀ ਮਾਰੀ ਤੇ ਸ਼ੇਰ ਦੇ ਬੁੱਤ ਦਾ ਕੰਨ ਟੁੱਟ ਗਿਆ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਨੇ ਛੁੱਟੀ ਮੇਰੇ ਹੱਥ ਚ ਫੜਾ ਕੇ ਉਸ ਸ਼ੇਰ ਦੀ ਧੌਣ ਨੂੰ ਹੱਥ ਪਾ ਕੇ ਜੰਗਲੇ ਤੋਂ ਬਾਹਰ ਕੱਢ ਲਿਆ। ਸ਼ੇਰ ਦਾ ਬੁੱਤ ਭਾਵੇਂ ਭਾਰਾ ਸੀ ਪਰ ਫਿਰ ਵੀ ਉਹ ਉਸ ਨੂੰ ਲੈ ਕੇ ਬਾਹਰ ਨੂੰ ਤੁਰ ਪਿਆ। ਦੂਸਰੇ ਸ਼ੇਰ ਦਾ ਬੁੱਤ ਚੁੱਕਣ ਵਾਸਤੇ ਬਾਬਾ ਜੀ ਨੇ ਰਸੂਲਪੁਰ ਵਾਲੇ ਜਥੇਦਾਰ ਕਰਤਾਰ ਸਿੰਘ ਨੂੰ ਆਖਿਆ। ਉਸ ਨੇ ਵੀ ਦੂਸਰੇ ਸ਼ੇਰ ਦਾ ਬੁੱਤ ਚੁੱਕ ਲਿਆ। ਉਧਰ ਵਿਪੌਰ ਸਾਹਿਬ ਵਿੱਚ ਜੋ ਸੇਵਾਦਾਰ ਪ੍ਰਸ਼ਾਦ ਵਰਤੋਂਦਾ ਸੀ ਉਹ ਕਹਿਣ ਲੱਗਾ ਕਿ ਤਾਂ ਬਾਬਾ ਜੀ ਨੇ ਬੜੀ ਮਿਹਨਤ ਨਾਲ ਮੁਕਰਾਨੇ ਤੋਂ ਬਣਵਾ ਕੇ ਲਿਆਂਦੇ ਆ ਤੁਸੀਂ ਕਿੱਥੇ ਲੈ ਚੱਲੇ ਹੋ ਉਸ ਦੇ ਰੌਲਾ ਪਾਉਂਦਿਆਂ ਪਾਉਂਦਿਆਂ ਬਾਬਾ ਜੀ ਨੇ ਆਪਣੇ ਹੱਥ ਵਾਲਾ ਸ਼ੇਰ ਦਰਿਆ ਵਾਲੇ ਪਾਸੇ ਵਗਾਹ ਮਾਰਿਆ ਤੇ ਕਰਤਾਰ ਸਿੰਘ ਨੂੰ ਵੀ ਦੂਜਾ ਸ਼ੇਰ ਛੁੱਟ ਦੇਣ ਲਈ ਆਖਿਆ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਕੇ ਮੱਥਾ ਟੇਕ ਬੇਂਦੀ 24 ਦਾ ਪਾਠ ਕਰਕੇ ਸਾਰੀ ਸੰਗਤ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲਾ ਵਾਲਿਆਂ ਪਾਸ ਲੰਗਰ ਸਥਾਨ ਤੇ ਪੁੱਜ ਗਈ। ਬਾਬਾ ਸੇਵਾ ਸਿੰਘ ਜੀ ਨੇ ਬਾਬਾ ਜੀ ਦਾ ਭਾਵ, ਸੰਤ ਬਾਬਾ ਹਰਨਾਮ ਸਿੰਘ ਜੀ ਦਾ ਤੇ ਸਾਰੀ ਸੰਗਤ ਦਾ ਬੜਾ ਮਾਣ ਸਤਿਕਾਰ ਕੀਤਾ। ਜਲ ਪਾਣੀ ਨਾਲ ਬੜੇ ਪਿਆਰ ਨਾਲ ਸੇਵਾ ਕੀਤੀ। ਤੇ ਬਾਬਾ ਜੀ ਲਿਖਦੇ ਨੇ ਕਿ ਸਾਡੇ ਪ੍ਰਕਰਮਾਂ ਤੇ ਬੇਂਤੀ 24 ਦਾ ਪਾਠ ਕਰਦੇ ਸਮੇਂ ਪ੍ਰਸ਼ਾਦ ਵਰਤੌਣ ਵਾਲੇ ਸੇਵਾਦਾਰ ਨੇ ਸੰਗ ਮਰਮਰ ਦੇ ਸ਼ੇਰਾਂ ਦੇ ਬੁੱਧ ਚੁੱਕਣ ਦੀ ਸ਼ਿਕਾਇਤ ਵੀ ਉਧਰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਪਾਸ ਜਾ ਲਾਈ। ਕਿ ਇਹ ਜੋ ਸੰਗਤ ਆਈ ਹੋਈ ਹੈ ਇਸ ਦੇ ਨਾਲ ਜੋ ਇਹ ਬਾਬਾ ਜੀ ਹਨ ਸੋ ਇਹਨਾਂ ਨੇ ਤੁਹਾਡੇ ਵੱਲੋਂ ਲਿਆਂਦੇ ਉਹ ਦੋਵੇਂ ਸ਼ੇਰ ਜੋ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਮੋਹਰੇ ਤੁਸੀਂ ਸਜਾਵਟ ਲਈ ਰੱਖੇ ਸਨ ਉਹ ਚੁੱਕ ਕੇ ਦਰਿਆ ਵਿੱਚ ਵਗਾ ਮਾਰੇ ਨੇ ਬਾਬਾ ਸੇਵਾ ਸਿੰਘ ਜੀ ਨੇ ਸਮਝਿਆ ਕਿ ਬਾਬਾ ਜੀ ਨੂੰ ਭਾਵ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਸ਼ੇਰਾਂ ਦੇ ਬੁੱਤ ਪਸੰਦ ਆ ਗਏ ਹੋਣੇ ਆ ਤਦ ਉਹਨਾਂ ਨੇ ਚੁੱਕੇ ਹਨ ਗੱਲ ਬੋਧੀ ਕਲੀਅਰ ਨਹੀਂ ਹੋਈ ਸਮਝਣੀ ਪਈ ਜਲਪਾਣੀ ਛੱਕ ਕੇ ਵਦਾਗੀ ਲੈਣ ਤੋਂ ਉਪਰੰਤ ਬਾਬਾ ਸੇਵਾ ਸਿੰਘ ਜੀ ਨੇ ਬੜੇ ਪਿਆਰ ਨਾਲ ਬਾਬਾ ਜੀ ਨੂੰ ਦਸਤਾਰ ਤੇ ਸਰੂਪਾ ਭੇਟ ਕੀਤਾ ਤੇ ਨਾਲ ਹੀ ਆਪ ਜੀ ਕਹਿਣ ਲੱਗੇ ਕਿ ਬਾਬਾ ਜੀ ਸਾਡੇ ਪਾਸ ਇੱਕ ਸ਼ੇਰਾਂ ਦਾ ਜੋੜਾ ਹੋਰ ਪਿਆ ਹੈ ਜੇ ਆਪ ਜੀ ਕਹੋ ਤਾਂ ਉਹ ਵੀ ਆਪ ਜੀ ਨੂੰ ਲਿਆ ਦਿੰਦੇ ਹਾਂ ਜੋ ਬੜੀ ਮਿਹਨਤ ਨਾਲ ਕਾਰੀਗਰ ਨੇ ਬਣਾਏ ਹਨ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਤੁਹਾਡੇ ਵਾਲੇ ਸ਼ੇਰ ਜੋ ਗੁਰੂ ਮਹਾਰਾਜ ਅੱਗੇ ਤੁਸੀਂ ਸੰਗਤਾਂ ਤੋਂ ਮੱਥਾ ਟਿਕਾਉਣ ਲਈ ਬਿਠਾਏ ਸੀ ਉਹ ਤਾਂ ਅਸੀਂ ਭਾਈ ਦਰਿਆ ਚ ਹੀ ਛੁੱਟਿਆ ਆਏ ਆ ਜੇ ਤੁਸੀਂ ਮੜ ਉੱਥੇ ਹੀ ਰੱਖਣੇ ਹਨ ਤਾਂ ਸਾਨੂੰ ਇਹ ਦੇ ਦੇਵੋ ਅਸੀਂ ਇਹਨਾਂ ਨੂੰ ਵੀ ਨਹਿਰ ਚ ਛੁੱਟ ਦਿੰਨੇ ਆਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਕਹਿਣ ਲੱਗੇ ਕਿ ਬਾਬਾ ਜੀ ਇਹ ਅਸੀਂ ਸਜਾਵਟ ਲਈ ਰੱਖੇ ਹੋਏ ਸਨ ਬਿਲਕੁਲ ਠੀਕ ਹੈ ਬਾਬਾ ਜੀ ਕਹਿਣ ਲੱਗੇ ਕਿ ਸਜਾਵਟ ਵਾਸਤੇ ਫੁੱਲਾਂ ਦੇ ਗੁਲਦਸਤੇ ਜੰਗਲੇ ਸੁੰਦਰ ਰਮਾਲੇ ਹੀ ਬਹੁਤ ਆ ਇਹ ਜਾਨਵਰਾਂ ਨੂੰ ਗੁਰੂ ਮਹਾਰਾਜ ਅੱਗੇ ਕਾਹਨੂੰ ਰੱਖਣਾ ਇਹ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਸੁਭਾ ਨਹੀਂ ਦਿੰਦੇ ਇਹਨਾਂ ਵੱਲ ਵੇਖ ਕੇ ਇਹਨਾਂ ਜਾਤੀਆਂ ਦਾ ਸਾਰਾ ਪਸ਼ੋਕਰ ਧਿਆਨ ਵਿੱਚ ਆ ਘੁੰਮਦਾ ਹੈ ਕਿਉਂਕਿ ਜਿਹੜੀ ਚੀਜ਼ ਅਸੀਂ ਅੱਖਾਂ ਨਾਲ ਵੇਖੀ ਹੈ ਉਹ ਤੁਹਾਡੇ ਅੰਦਰ ਸਮਾ ਜਾਂਦੀ ਹੈ ਚਿੱਤਰ ਜਾਂਦੀ ਹੈ ਤੇ ਗੁਰੂ ਮਹਾਰਾਜ ਜੀ ਵੱਲੋਂ ਧਿਆਨ ਹਟ ਕੇ ਉਸ ਪਾਸੇ ਚਲੇ ਜਾਂਦਾ ਹੈ ਦੂਸਰਾ ਇਹਨਾਂ ਟੇਡੀਆਂ ਜੁਨਾਂ ਵਿੱਚ ਪਤਾ ਨਹੀਂ ਜੀਵਾਤਮਾ ਕਿੰਨੇ ਕੋ ਜਨਮ ਧਾਰਦੀ ਆਈ ਹੈ ਜਿਸ ਦਾ ਸੰਕੇਤ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੀ ਬਾਣੀ ਅੰਦਰ ਦੱਤਾ ਹੈ ਜੋ ਸੁਖਨੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆਂ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਤੇ ਹੁਣ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੀਵਾਤਮਾ ਆਪਣੇ ਪਿਛੋਕੜ ਵੱਲ ਬਧੋ ਬਧੀ ਜਾਣ ਲਈ ਯਤਨ ਕਰਦੀ ਹੈ ਕਿਉਂਕਿ ਬਹੁਤਾ ਸਮਾਂ ਇਹਨਾਂ ਜੁਨਾਂ ਵਿੱਚ ਬਤੀਤ ਕਰਨ ਕਰਕੇ ਇਹਨਾਂ ਜੁਨਾਂ ਦੇ ਸੁਭਾਅ ਅਤੇ ਸੰਸਕਾਰ ਵੀ ਜੀਵਾਤਮਾ ਦੇ ਅੰਦਰ ਸਮੋਏ ਹੋਏ ਹਨ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸੀਂ ਇਹਨਾਂ ਟੇਡੀਆਂ ਜੁਨਾਂ ਦੇ ਸੁਭਾਅ ਅਤੇ ਸੰਸਕਾਰਾਂ ਤੋਂ ਖਲਾਸੀ ਪ੍ਰਾਪਤ ਕਰਨੀ ਹੈ ਨਜਾਤ ਪ੍ਰਾਪਤ ਕਰਨੀ ਹੈ ਛੁਟਕਾਰਾ ਪ੍ਰਾਪਤ ਕਰਨਾ ਹੈ ਤੇ ਜੇ ਗੁਰੂ ਚਰਨਾਂ ਵਿੱਚ ਆ ਕੇ ਵੀ ਅਸੀਂ ਸ਼ੇਰਾਂ ਮੂਰਾਂ ਕੁੱਤਿਆਂ ਬਿੱਲੀਆਂ ਦੀਆਂ ਬਿਰਤੀਆਂ ਨੂੰ ਹੀ ਵਧਾਵਾ ਦੇਣਾ ਹੈ ਇਹਨਾਂ ਨੂੰ ਹੀ ਯਾਦ ਕਰਨਾ ਹੈ ਤਦ ਮਨੁੱਖਾ ਜਨਮ ਪ੍ਰਾਪਤ ਹੋਣ ਤੇ ਵੀ ਸਾਡੇ ਉੱਪਰ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਟੁਕੇਗੀ ਦੂਜਾ ਸਾਡੇ ਤੇ ਪ੍ਰਮਾਤਮਾ ਦੇ ਵਿਚਕਾਰ ਪਤਾ ਨਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਹੋਰ ਅਸੂਰੀ ਸੰਪਰਦਾ ਦੀਆਂ ਕਿੰਨੀਆਂ ਕੁ ਰੁਕਾਵਟਾਂ ਹਨ। ਉਹਨਾਂ ਨੂੰ ਦੂਰ ਕਰਕੇ ਅਸੀਂ ਆਪਣੇ ਮੂਲ ਨਾਲ ਅਭੇਦ ਹੋਣਾ ਹੈ। ਇਹਨਾਂ ਰੁਕਾਵਟਾਂ ਵਿੱਚ ਵਾਧਾ ਕਰਨ ਦੀ ਥਾਂ ਕੇਵਲ ਸਤਿਗੁਰੂ ਦਾ ਓਟ ਆਸਰਾ ਲੈ ਕੇ ਇਹਨਾਂ ਤੋਂ ਛੁਟਕਾਰਾ ਪਾਉਣਾ ਹੈ। ਗੁਰੂ ਦਰਸ਼ਨ ਕਰਨ ਸਮੇਂ ਜੀਵ ਆਤਮਾ ਤੇ ਗੁਰੂ ਦੇ ਵਿਚਕਾਰ ਕੋਈ ਹੋਰ ਤੀਜੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਇਸ ਦਾ ਧਿਆਨ ਗੁਰੂ ਵੱਲੋਂ ਤੋੜ ਕੇ ਦੂਜੇ ਪਾਸੇ ਕਰੇ ਬਸ ਮੈਂ ਤੂੰ ਤੇ ਤੂੰ ਮੈਂ ਵਾਲੀ ਅਵਸਥਾ ਹੀ ਹੋਣੀ ਚਾਹੀਦੀ ਇਸੇ ਤਰ੍ਹਾਂ ਇੱਕ ਹੋਰ ਘਟਨਾ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ 1981 ਈਸਵੀ ਨੂੰ ਕੈਨੇਡਾ ਅਮਰੀਕਾ ਦੀ ਯਾਤਰਾ ਨੂੰ ਗਏ ਵਾਪਸੀ ਤੇ ਸਤੰਬਰ ਮਹੀਨੇ ਤਿੰਨ ਕੁ ਹਫ਼ਤੇ ਲਈ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਠਹਿਰਾਵ ਕੀਤਾ ਇਥੋਂ 20 ਕੋ ਮੀਲ ਦੀ ਵਿੱਤ ਤੇ ਟੈਲਫੋਰਡ ਇੱਕ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਅਟਵਾਲ ਜੋ ਬਾਬਾ ਜੀ ਦੇ ਕਾਫੀ ਨਜ਼ਦੀਕੀ ਸਨ ਰਹਿੰਦੇ ਸਨ ਉਹਨਾਂ ਨੇ ਵੀ ਬਾਬਾ ਜੀ ਨੂੰ ਆਪਣੇ ਘਰ ਜਲਪਾਣੀ ਲਈ ਸੱਦਿਆ ਜਲਪਾਣੀ ਛਕਾ ਕੇ ਉਹ ਬਾਬਾ ਜੀ ਨੂੰ ਗੁਰਦੁਆਰੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਗਿਆ ਗੁਰਦੁਆਰੇ ਪ੍ਰਵੇਸ਼ ਕਰਦੇ ਹਾਂ ਹੀ ਸਰਦਾਰ ਗੁਰਚਰਨ ਸਿੰਘ ਨੇ ਗੱਲ ਆਰੰਭ ਕਰ ਦਿੱਤੀ ਕਿ ਬਾਬਾ ਜੀ ਅਸੀਂ ਇੱਕ ਕਾਰੀਗਰ ਪਾਸੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਲਈ ਲੱਕੜ ਦੀ ਬਹੁਤ ਵੱਡੀ ਪਾਲਕੀ ਬਣਾਈ ਹੈ ਜਿੱਥੇ ਉਸ ਨੇ ਪਾਲਕੀ ਬਹੁਤ ਸੁੰਦਰ ਬਣਾਈ ਉੱਥੇ ਉਸ ਨੇ ਪਾਲਕੀ ਦੇ ਦਵੱਲੇ ਦੋ ਮੋਰ ਬਹੁਤ ਹੀ ਸੁੰਦਰ ਬਣਾਏ ਜੋ ਇਨ ਬਿਨ ਜਿਉਂਦੇ ਅਸਲੀ ਮੋਰ ਲੱਗਦੇ ਆ ਤੇ ਚਲੋ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਬਾਬਾ ਜੀ ਖਲੋਗਏ ਤੇ ਕਹਿਣ ਲੱਗੇ ਕਿ ਗੁਰਚਰਨ ਸਿੰਘ ਜੀ ਤੁਸੀਂ ਸਾਨੂੰ ਗੁਰਦੁਆਰੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਹੋ ਜਾਂ ਮੋਰ ਵਖਾਉਣ ਲਈ ਲਿਆਏ ਹੋ ਜੇ ਤਾਂ ਮੋਰ ਹੀ ਵਖਾਉਣੇ ਸਨ ਫਿਰ ਇਹ ਆਪਾਂ ਜਿਉਂਦੇ ਜਾਗਦੇ ਮੋਰ ਵੇਖ ਲੈਨੇ ਆਂ ਮੂਰਤੀਆਂ ਕਦੇ ਵਾਸਤੇ ਵੇਖਣੀਆਂ ਤੇ ਸਾਨੂੰ ਚਿੜੀਆ ਘੜੀ ਲੈ ਚਲੋ ਉੱਥੇ ਇਕੱਲੇ ਮੋਰਾਂ ਦੀ ਥਾਂ ਅਸੀਂ ਹੋਰ ਜਾਨਵਰ ਵੀ ਵੇਖ ਲਵਾਂਗੇ ਤੇ ਤੁਸੀਂ ਸਾਨੂੰ ਗੁਰਦੁਆਰੇ ਸਤਗੁਰੂ ਜੀ ਦੇ ਦਰਸ਼ਨ ਕਰਨ ਲੈ ਕੇ ਆਏ ਹੋ ਸੋ ਸਤਗੁਰਾਂ ਦੀ ਵਡਿਆਈ ਜਾਂ ਉਪਮਾ ਕਰਨ ਦੀ ਥਾਂ ਤੁਸੀਂ ਗੁਰਦੁਆਰੇ ਵੜਦੇ ਸਾਰ ਹੀ ਮੋਰਾਂ ਦੀ ਉਪਮਾ ਤੇ ਵਡਿਆਈ ਕਰਨੀ ਅਰੰਭ ਕਰ ਦਿੱਤੀ ਤੇ ਕਰੀ ਜਾ ਰਹੇ ਹੋ ਜੇ ਲੱਕੜ ਦੇ ਮੋਰ ਬਣਾ ਕੇ ਲੋਕਾਂ ਨੂੰ ਭੁਲੇਖਾ ਹੀ ਪਾਉਣਾ ਹੈ ਤਾਂ ਫਿਰ ਦੋ ਅਸਲੀ ਮੋਰ ਲੈ ਆ ਕੇ ਗੁਰਦੁਆਰੇ ਕਿਉਂ ਨਹੀਂ ਰੱਖ ਲੈਂਦੇ ਉਹਨਾਂ ਦੇ ਖਾਣ ਪੀਣ ਲਈ ਦਾਣਾ ਪਾਣੀ ਤਾਂ ਲੋਕਾਂ ਨੇ ਲੈ ਹੀ ਆਉਣਾ ਹੈ ਜੇ ਘਟ ਜਾਵੇ ਤਾਂ ਗੁਰਦੁਆਰੇ ਵਿੱਚ ਪ੍ਰਸ਼ਾਦੇ ਬਹੁਤ ਵਜ ਜਾਂਦੇ ਨੇ ਮੁਫਤੋਂ ਮੁਫਤੀ ਉਹਨਾਂ ਦਾ ਗੁਜ਼ਾਰਾ ਵੀ ਚੱਲੀ ਜਾਣਾ ਹੈ ਨਾਲੇ ਸੰਗਤ ਨਾਲ ਆਏ ਬੱਚੇ ਵੀ ਉਹਨਾਂ ਨਾਲ ਖੇਡਦੇ ਰਹਿਣਗੇ। ਸਾਹ ਗੁਰਚਰਨ ਸਿੰਘ ਜੀ ਬਾਬਾ ਜੀ ਦੇ ਬਚਨ ਸੁਣ ਕੇ ਚੁੱਪ ਕਰ ਗਏ। ਤੇ ਸਹਿਜ ਨਾਲ ਕਹਿਣ ਲੱਗੇ ਜੀ ਬਾਬਾ ਜੀ ਮੈਂ ਤਾਂ ਮਿਸਤਰੀ ਦੇ ਕੰਮ ਦੀ ਦਾਤ ਦਿੰਦਿਆਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ। ਬਾਬਾ ਜੀ ਕਹਿਣ ਲੱਗੇ ਨਕਲ ਦੀ ਬਹੁਤਾਤ ਬਹੁਤ ਲੋਕੀ ਮਾਰ ਕਰ ਲੈਂਦੇ ਆ। ਨਕਲ ਤਾਂ ਬਹੁਤਾਤ ਲੋਕੀ ਮਾਰ ਲੈਂਦੇ ਹਨ। ਨਕਲ ਕਰਨ ਵਾਲਿਆਂ ਦੇ ਕੰਮ ਦੀ ਦਾਤ ਦੇਣ ਦੀ ਥਾਂ ਅਸਲੀ ਕਾਰੀਗਰ ਜਿਸ ਨੇ ਅਜਹੀ ਅਤਪੁੱਤ ਕਾਰੀਗਰੀ ਕਰਕੇ ਜੀਵ ਚੰਦ ਬਣਾਏ ਨੇ ਉਹਨਾਂ ਨੂੰ ਦਾਤ ਦਿਓ ਉਸ ਪਰਮੇਸ਼ਰ ਦੀ ਦਾਤ ਦਿਓ ਧੰਨਾ ਉੱਚ ਤੇਰਾ ਜਿਸ ਨੇ ਰੰਗੀ ਰੰਗੀ ਭਾਂਤੀ ਕਰ ਕਰ ਜੰਸੀ ਮਾਇਆ ਜਿੰਨੋਂ ਪਾਈ ਬੜੀ ਬਚਿੱਤਰ ਰਚਨਾ ਰਚੀ ਆ ਫਿਰ ਇੱਕ ਹੀ ਨਸਲ ਦੇ ਵਿੱਚ ਜਨਮ ਲੈਣ ਵਾਲੇ ਜੀਵ ਇੱਕ ਦੂਸਰੇ ਨਾਲ ਦੂਜਾ ਤੀਜੇ ਨਾਲ ਤੀਜਾ ਚੌਥੇ ਨਾਲ ਮੇਲ ਨਹੀਂ ਖਾਂਦਾ ਵੇਖਣ ਨੂੰ ਲੱਗਦੇ ਕਿਆ ਪਰ ਭਿੰਨਤਾ ਕਰਤਾਰ ਨੇ ਵੱਖਰੀ ਵੱਖਰੀ ਰੱਖੀ ਆ ਮੇਰੇ ਪ੍ਰਭ ਸੱਚ ਹੈ ਇਹ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇ ਇਸ ਲਈ ਨਕਲ ਕਰਨ ਵਾਲੇ ਦੀ ਦਾਤ ਦੇਣ ਦੀ ਥਾਂ ਉਹ ਪ੍ਰਭੂ ਪਰਮੇਸ਼ਰ ਉਹ ਪ੍ਰਮਾਤਮਾ ਉਹ ਅਕਾਲ ਪੁਰਖ ਉਹ ਵਾਹਿਗੁਰੂ ਜੋ ਸਾਰੇ ਸੰਸਾਰ ਦਾ ਅਸਲ ਚਤੇਰਾ ਹੈ ਉਸ ਨੂੰ ਦਾਤ ਦਿਓ ਉਸ ਨੂੰ ਧੰਨ ਕਹੋ ਉਸ ਦੀ ਮਹਿਮਾ ਵਡਿਆਈ ਕਰਕੇ ਆਪਣਾ ਚਿੱਤ ਸੰਸਾਰ ਦੇ ਉਸ ਚਤੇਰੇ ਪ੍ਰਭੂ ਨਾਲ ਜੋੜੋ ਭਗਤ ਕਬੀਰ ਜੀ ਦਾ ਜਿਵੇਂ ਫਰਮਾਨ ਹੈ ਨਾ ਚਾ ਚਾ ਰਚਿਤ ਚਿਤਰ ਹੈ ਭਾਰੀ ਤਜ ਚਿਤਰਾ ਚੇਤੋ ਚਿਤਕਾਰੀ ਚਿਤਰ ਬਚਿਤਰ ਇਹ ਅਵਚੇਰਾ ਤਜ ਚਿਤਰਾ ਚਿਤਰਾਖਸ਼ ਤੇਰਾ ਭਾਵ ਕਿ ਪ੍ਰਮਾਤਮਾ ਨੇ ਸਾਰਾ ਸੰਸਾਰ ਇੱਕ ਬਹੁਤ ਵੱਡਾ ਚਿੱਤਰ ਬਣਾਇਆ ਹੈ ਇਸ ਚਿੱਤਰ ਨੂੰ ਵੇਖ ਕੇ ਇਸੇ ਚਿੱਤਰ ਵਿੱਚ ਖੱਟ ਖੱਜਤ ਹੋਣ ਦੀ ਥਾਂ ਚਿੱਤਰ ਬਣਾਉਣ ਵਾਲੇ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਏ ਸੰਸਾਰ ਅੰਦਰ ਰੰਗ ਬਰੰਗਾ ਮਨ ਨੂੰ ਮੋਹਣ ਵਾਲਾ ਪਸਾਰਾ ਤਾਂ ਇੱਕ ਝਮੇਲਾ ਹੈ ਇਸ ਲਈ ਸੰਸਾਰ ਚਿੱਤਰ ਵਿੱਚ ਖਚਤ ਹੋਣ ਦੀ ਥਾਂ ਸੰਸਾਰ ਨੂੰ ਬਣਾਉਣ ਵਾਲੇ ਕਾਰੀਗਰ ਨਾਲ ਚਤੇਰੇ ਨਾਲ ਜੁੜਨਾ ਚਾਹੀਦਾ ਹੈ ਤਜ ਚਿੱਤਰੈ ਚਿਤਰਾਖ ਚਤੇਰਾ ਜੋ ਪ੍ਰਭੂ ਚਤੇਰੇ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਪਾਰ ਉਤਾਰਾ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਬਚਨ فرمایا ਹੈ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਦੁਨੀਆ ਦਾ ਰੰਗ ਬਰੰਗਾ ਤਮਾਸ਼ਾ ਚਾਰ ਦਿਨ ਦੀ ਖੇਡ ਹੈ ਇੱਕ ਦਿਨ ਦ੍ਰਿਸ਼ਟਮਾਨ ਨੇ ਖਾਕ ਹੋ ਜਾਣਾ ਹੈ ਇਸ ਲਈ ਦੁਨੀਆ ਦੀ ਸਿਫਤ ਸਲਾਹ ਕਰਨ ਦੀ ਥਾਂ ਦੁਨੀਆ ਨੂੰ ਰਚਨਹਾਰ ਪ੍ਰਮਾਤਮਾ ਜੋ ਸਦਾ ਸਦਾ ਸਤ ਰਹਿਣ ਵਾਲਾ ਹੈ ਉਸ ਦੀ ਸਿਫਤ ਸਲਾਹ ਕਰਕੇ ਉਸ ਦੀ ਸਿਫਤੋ ਸਲਾਹ ਵਿੱਚ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਸੁਹੀ ਰਾਗ ਅੰਦਰ ਪਾਵਨ ਬਚਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 755 ਉੱਪਰ ਅੰਕਤ ਹੈ ਦੁਨੀਆ ਨਾ ਸਲਾਹੇ ਜੋ ਮਰਵੰਝ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ ਇਨੀਆਂ ਕੋ ਗੁਰਮਤ ਵਿਚਾਰਾਂ ਬਾਬਾ ਜੀ ਨੇ ਗੁਰਚਰਨ ਸਿੰਘ ਹੋਰਾਂ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਖੜੇ ਕੀਤੀਆਂ ਚਾਰ ਪੰਜ ਪ੍ਰੇਮੀ ਜੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸਨ ਉਹ ਵੀ ਗੁਰਮਤ ਵਿਚਾਰਾਂ ਦਾ ਲਾਹਾ ਪ੍ਰਾਪਤ ਕਰ ਗਏ ਬਾਬਾ ਜੀ ਕਹਿਣ ਲੱਗੇ ਭਾਈ ਚਲੋ ਹੁਣ ਜਿਸ ਕਾਰਜ ਵਾਸਤੇ ਆਏ ਆ ਸਤਿਗੁਰੂ ਜੀ ਨੂੰ ਨਤਮਸਤਕ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਸੋ ਆਪ ਜੀ ਨੇ ਚਰਨ ਧੋਤੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਤੁਰ ਪਏ ਸ਼ਤਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦਾਸ ਵੀ ਉਸ ਵਿਦੇਸ਼ ਫੇਰੀ ਵਿੱਚ ਬਾਬਾ ਜੀ ਦੇ ਨਾਲ ਹੀ ਸੀ। ਸੋ ਬਾਬਾ ਜੀ ਤੇ ਅਸੀਂ ਸਾਰਿਆਂ ਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖਵਾਕ ਬਾਬਾ ਜੀ ਨੇ ਲਿਆ। ਅਸੀਂ ਸਾਰਿਆਂ ਨੇ ਸਰਵਣ ਕੀਤਾ। ਗੁਰੂ ਮਹਾਰਾਜ ਦੀ ਤਾਬਿਆਤ ਉੱਠ ਕੇ ਫੇਰ ਮੋਰਾਂ ਦੀ ਗੱਲ ਚੱਲ ਪਈ। ਬਾਬਾ ਜੀ ਕਹਿਣ ਲੱਗੇ ਗੁਰਚਰਨ ਸਿੰਘ ਜੀ ਅੱਜ ਤਾਂ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਦੀ ਥਾਂ ਬਹੁਤ ਸਮਾਂ ਮੋਰਾਂ ਦੀ ਚਰਚਾ ਨੇ ਖਰਾਬ ਕਰ ਦਿੱਤਾ। ਤੁਹਾਡੇ ਕਹਿਣ ਅਨੁਸਾਰ ਕਾਰੀਗਰ ਨੇ ਮੂਰਤਾਂ ਬਹੁਤ ਸੋਹਣੇ ਬਣਾਏ ਹਨ ਪਰ ਮੇਰੇ ਖਿਆਲ ਵਿੱਚ ਹਰ ਮੱਥਾ ਟੇਕਣ ਵਾਲਾ ਜਗਿਆਸੂ ਪਹਿਲਾਂ ਮੂਰਾਂ ਦੇ ਫੇਰ ਗੁਰੂ ਮਹਾਰਾਜ ਦੇ ਦਰਸ਼ਨ ਕਰਦਾ ਹੈ ਤੇ ਜੇ ਤੁਸੀਂ ਮੇਰੀ ਸਲਾਹ ਮੰਨੋ ਨਾ ਇਹਨਾਂ ਮੂਰਾਂ ਨੂੰ ਪਾਲਕੀ ਨਾਲੋਂ ਵੱਖ ਕਰਕੇ ਕਿਸੇ ਹੋਰ ਕਮਰੇ ਵਿੱਚ ਰੱਖ ਦਿਓ ਤਾਂ ਜੋ ਮੱਥਾ ਟੇਕਣ ਵਾਲੇ ਜਗਿਆਸੂ ਦਾ ਧਿਆਨ ਦੋ ਫਾੜ ਨਾ ਹੋਵੇ ਮਨ ਦੇ ਉੱਪਰ ਦ੍ਰਿਸ਼ਟਮਾਨ ਦਾ ਪ੍ਰਭਾਵ ਜ਼ਿਆਦਾ ਹੁੰਨ ਕਾਰਨ ਮਨ ਤਾਂ ਪਹਿਲਾਂ ਹੀ ਅਦ੍ਰਿਸ਼ਟ ਨੂੰ ਮੰਨਣ ਤੇ ਸੁਣਨ ਨੂੰ ਤਿਆਰ ਨਹੀਂ। ਸੋ ਚਿੜੀਆਂ, ਮੋਰ, ਤੋਤੇ, ਸ਼ੇਰ ਤੇ ਹੋਰ ਜੂਨਾ ਬਣਾਉਣ ਵਾਲੇ ਪ੍ਰਮਾਤਮਾ ਨਾਲ ਸਾਨੂੰ ਜੁੜਨ ਦੀ ਲੋੜ ਹੈ। ਜੁੜਨ ਵਿੱਚ ਸਫਲਤਾ ਤਾਂ ਹੀ ਮਿਲੇਗੀ ਜੇ ਧਿਆਨ ਇੱਕ ਹੋਵੇਗਾ। ਕਿਉਂਕਿ ਗੁਰਦੁਆਰਾ ਸਾਹਿਬ ਅਸੀਂ ਆਪਣਾ ਧਿਆਨ ਇਕਾਗਰ ਕਰਨ ਲਈ ਆਉਂਦੇ ਆ। ਤੇ ਜੇ ਇੱਥੇ ਆ ਕੇ ਵੀ ਧਿਆਨ ਨੇ ਦੋ ਫਾੜ ਹੀ ਹੋਣਾ ਹੈ। ਫਿਰ ਆਤਮਿਕ ਪੈਂਡੇ ਵਿੱਚ ਸਫਲਤਾ ਨਹੀਂ ਮਿਲਣੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਅੰਦਰ ਵੀ ਬਚਨ ਫਰਮਾਇਆ ਹੈ ਕਿ ਇੱਕ ਸਾਬਤ ਦਾਣੇ ਤੇ ਦੁਫਾੜ ਦੀ ਉਦਾਹਰਣ ਦਿੱਤੀ ਹੈ ਕਿ ਜ਼ਿਮੀਂਦਾਰ ਆਪਣੇ ਖੇਤ ਨੂੰ ਵਾਹ ਸੰਵਾਰ ਕੇ ਦਾਲ ਭਾਵੇਂ ਮਣਾਮੁਹੀ ਖੇਤ ਵਿੱਚ ਖਿਲਾਰ ਦੇਵੇ ਉਸ ਦਾਲ ਦਾ ਇੱਕ ਵੀ ਦਾਣਾ ਖੇਤ ਵਿੱਚ ਨਹੀਂ ਜੰਮਦਾ ਕਿਉਂ ਕਿ ਉਹ ਦੁਫਾੜ ਹੈ ਦਾਣਾ ਉਹੋ ਹੀ ਜੰਮੇਗਾ ਜੋ ਸਾਬਤ ਹੋਵੇਗਾ ਸਾਹਿਬਾਂ ਦਾ ਪਾਵਨ ਬਚਨ ਹੈ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਸੋ ਇਸੇ ਤਰ੍ਹਾਂ ਪ੍ਰਮਾਤਮਾ ਨਾਲ ਜੁੜਨ ਲਈ ਵੀ ਤਦ ਸਫਲਤਾ ਮਿਲੇਗੀ ਜੇ ਸਾਡਾ ਧਿਆਨ ਇੱਕ ਹੋਵੇਗਾ ਦਫਾੜ ਹੋਏ ਮਨ ਨੂੰ ਪ੍ਰਭੂ ਨਾਲ ਜੁੜਨ ਲਈ ਸਫਲਤਾ ਨਹੀਂ ਮਿਲਦੀ ਸਤਿਗੁਰੂ ਅਮਰਦਾਸ ਜੀ ਨੇ ਸੋਰਠ ਰਾਗ ਅੰਦਰ ਮਨ ਨੂੰ ਸੰਬੋਧਨ ਕਰਕੇ ਪ੍ਰੇਰਣਾ ਦਿੱਤੀ ਹੈ ਕਿ हे ਮਨ ਤੂੰ ਆਪਣੇ ਮੂਲ ਪ੍ਰਮਾਤਮਾ ਦਾ ਚਿੰਤਨ ਕਰ ਉਸ ਨੂੰ ਯਾਦ ਕਰ ਉਸ ਨੂੰ ਹਰ ਸਮੇਂ ਧਿਆਇਆ ਕਰ ਪਰ ਯਾਦ ਰੱਖੀ ਧਿਆਉਣਾ ਕਿਵੇਂ ਹੈ ਤੇਰੇ ਚਿੰਤਨ ਵਿੱਚ ਤੇਰੇ ਧਿਆਉਣ ਵਿੱਚ ਤੈਨੂੰ ਸਫਲਤਾ ਤਾਂ ਮਿਲਣੀ ਹੈ ਜੇ ਤੂੰ ਇੱਕ ਮਨ ਇਕਜਿਤ ਹੋ ਕੇ ਧਿਆਏਗਾ ਜੇ ਮਨ ਤੇ ਚਿੱਤ ਦੁਫਾੜ ਹੋਗਾ ਫਿਰ ਸਫਲਤਾ ਤੋਂ ਸਖਣਾ ਰਹਿ ਜਾਵੇਂਗਾ ਵਾਂਝਾ ਰਹਿ ਜਾਵੇਂਗਾ ਆਪ ਸਾਹਿਬਾਂ ਦਾ ਪਿਆਰਾ ਪਾਵਨ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਾਹਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨਾ 653 ਉੱਪਰ ਸੁਸ਼ੋਭਤ ਹੈ ਇਹ ਮਨ ਹਰਜੀ ਤਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਹੀ ਬਹੁਤ ਅਮੋਲਕ ਬਚਨ ਸਤਿਗੁਰਾਂ ਦੀ ਪ੍ਰਮਾਤਮਾ ਦੀ ਪ੍ਰਾਪਤੀ ਸਰੀਰਕ ਨੇੜਤਾ ਨਾਲ ਪ੍ਰਾਪਤ ਨਹੀਂ ਹੋ ਸਕਦੀ ਸਤਿਗੁਰੂ ਫਰਮਾਉਂਦੇ ਨੇ ਕਿ ਸਤਿਗੁਰੂ ਦੀ ਜਾਂ ਪ੍ਰਮਾਤਮਾ ਦੀ ਪ੍ਰਾਪਤੀ ਸਰੀਰਕ ਨੇੜਤਾ ਨਾਲ ਪ੍ਰਾਪਤ ਨਹੀਂ ਹੋਣੀ ਸਤਿਗੁਰੂ ਦੀ ਪ੍ਰਾਪਤੀ ਮਨ ਦੀ ਹਜ਼ੂਰੀ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ ਗੁਰ ਸਭਾ ਏਵ ਨ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਿਗੁਰੂ ਤਾਂ ਮਿਲੈ ਜਾਂ ਮਨ ਰਹਿ ਹਦੂਰ ਸੋ ਜਿਹੜੀ ਚੀਜ਼ ਜਿਹੜੀ ਵਸਤੂ ਮਨ ਨੂੰ ਦੁਫਾੜ ਕਰਨ ਦਾ ਕੰਮ ਕਰੇ ਉਸ ਦਾ ਤਿਆਗ ਕਰਨਾ ਹੀ ਚਾਹੀਦਾ ਹੈ ਇਸੇ ਵਿੱਚ ਹੀ ਭਲਾ ਹੈ ਤਦ ਹੀ ਜੀਵਨ ਵਿੱਚ ਸਫਲਤਾ ਮਿਲੇਗੀ ਗੁਰਦੁਆਰਿਆਂ ਵਿੱਚ ਹੀ ਨਹੀਂ ਬਾਬਾ ਜੀ ਜਦੋਂ ਵੀ ਪ੍ਰੇਮੀ ਗੁਰਸਿੱਖਾਂ ਦੇ ਘਰੀ ਜਾਂਦੇ ਉੱਥੇ ਵੀ ਜਾਨਵਰਾਂ ਦੇ ਕਲਬੂਤ ਜਾਂ ਬੁੱਤ ਇਤਆਦਿਕ ਆਮ ਸਜਾਵਟ ਲਈ ਜੋ ਘਰਾਂ ਵਿੱਚ ਰੱਖੇ ਜਾਂਦੇ ਹਨ ਉਹਨਾਂ ਨੂੰ ਰੱਖਣ ਤੋਂ ਬੜੀ ਸ਼ਕਤੀ ਨਾਲ ਵਰਜ ਦਿਆ ਕਰਦੇ ਸਨ ਉਂਝ ਤਾਂ ਅਜ ਕੱਲ ਵੀ ਉਹੋ ਹੀ ਰੁਝਾਨ ਤੁਰਿਆ ਆ ਰਿਹਾ ਹੈ ਪਰ 20-25 ਸਾਲ ਪਹਿਲਾਂ ਦੇਖਾ ਦੇਖੀ ਹਰ ਘਰ ਵਿੱਚ ਸ਼ੀਸ਼ੇ ਵਾਲੀ ਅਲਮਾਰੀ ਵਿੱਚ ਜਾਂ ਸ਼ੈਲਫਾਂ ਉੱਪਰ ਕਬੂਤਰਾਂ ਘੁੱਗੀਆਂ ਚਿੜੀਆਂ ਤੋਤਿਆਂ ਜਾਂ ਬਾਂਦਰਾ ਆਦਿ ਜਾਨਵਰਾਂ ਦੇ ਮਿੱਟੀ ਜਾਂ ਸੰਗਮਰਮਰ ਦੇ ਸਟੈਚੂ ਭਾਵ ਬੁੱਤ ਜੋ ਬਾਜ਼ਾਰਾਂ ਵਿੱਚੋਂ ਸਜਾਵਟ ਕਰਨ ਲਈ ਮਿਲਦੇ ਸਨ ਤੇ ਅੱਜ ਵੀ ਮਿਲਦੇ ਨੇ ਉਹ ਆਮ ਲੋਕ ਘਰਾਂ ਵਿੱਚ ਰੱਖਣ ਲੱਗ ਪਏ ਸਨ ਤੇ ਅਕਸਰ ਜਦੋਂ ਬਾਬਾ ਜੀ ਨੂੰ ਕਿਸੇ ਦੇ ਘਰ ਜਾਣ ਦਾ ਸਮਾਂ ਮਿਲਣਾ ਤਾਂ ਆਪਜੀ ਘਰ ਦੇ ਮੋਹਤਬਰ ਬੰਦੇ ਜਾਂ ਬੀਬੀ ਨੂੰ ਕੋਲ ਸੱਦ ਕੇ ਕਹਿ ਦਿਆ ਕਰਦੇ ਕਿ ਭਾਈ ਇਹ ਜੋ ਚਿੜੀਆਂ ਤੋਤੇ ਮੋਰ ਜਾਂ ਬਾਂਦਰਾਂ ਦੇ ਬੁੱਤ ਤੁਸੀਂ ਘਰਾਂ ਵਿੱਚ ਰੱਖੇ ਆ ਨਾ ਇਹਨਾਂ ਦੀ ਥਾਂ ਜੇ ਕੁਝ ਰੱਖਣਾ ਹੀ ਹੈ ਤੇ ਕਮ ਸੇ ਕਮ ਗੁਰੂ ਮਹਾਰਾਜ ਜੀ ਦੇ ਜਾਂ ਗੁਰਸ਼ਿਕ ਯੋਧਿਆਂ ਦੇ ਜਿਨ੍ਹਾਂ ਨੇ ਸਿੱਖੀ ਸਦਕਾ ਕੇਸਾ ਸੁਆਸਾ ਨਾਲ ਨਿਭਾਇਆ ਹੋਵੇ ਉਹਨਾਂ ਦੇ ਚਿੱਤਰ ਅੰਗੀਠੀ ਜਾਂ almari ਜਾਂ shelf ਜਾਂ ਕੰਧ ਉੱਪਰ ਲਾ ਲਓ ਘਟੋ ਘਟ ਗੁਰੂ ਚਿੱਤਰਾਂ ਜਾਂ ਗੁਰਸਿੱਖ ਯੋਧਿਆਂ ਦੇ ਚਿੱਤਰ ਵੇਖ ਕੇ ਤੁਹਾਨੂੰ ਗੁਰੂ ਦੀ ਯਾਦ ਤਾਂ ਆਊ ਉਹਨਾਂ ਗੁਰਸਿੱਖਾਂ ਦੇ ਕਾਰਨਾਮੇ ਤਾਂ ਚਿੱਤ ਵਿੱਚ ਯਾਦ ਆਉਣਗੇ ਸਵੇਰੇ ਉੱਠ ਕੇ ਚਿੜੀਆਂ ਤੋਤੇ ਬਾਂਦਰਾਂ ਦੇ ਬੁੱਤ ਵੇਖ ਕੇ ਤੁਹਾਡਾ ਧਿਆਨ ਜਾਨਵਰਾਂ ਵਾਲਾ ਹੀ ਹੋ ਜਾਣਾ ਹੈ ਜੋ ਅਸੀਂ ਅੱਖਾਂ ਨਾਲ ਹਰ ਰੋਜ਼ ਵੇਖਦੇ ਹਾਂ ਉਸ ਦਾ ਸੂਖਸ਼ਮ ਰੂਪ ਵਿੱਚ ਚਿੱਤਰਣ ਸਾਡੇ ਅੰਦਰ ਹੁੰਦਾ ਰਹਿੰਦਾ ਹੈ ਜੋ ਸਾਡੇ ਅੰਦਰ ਚਿੱਤਰਣ ਹੋ ਜਾਂਦਾ ਹੈ ਉਸ ਦਾ ਪ੍ਰਗਟਾਵਾ ਹੀ ਨਿੱਤ ਦੇ ਕਾਰਵਿਹਾਰ ਵਿੱਚੋਂ ਸਕਾਰ ਹੁੰਦਾ ਹੈ ਖਾਸ ਕਰਕੇ ਜਦੋਂ ਸਾਡੇ ਪਰਿਵਾਰ ਵਿੱਚ ਬੱਚਿਆਂ ਨੇ ਜਨਮ ਲੈਣਾ ਹੁੰਦਾ ਹੈ ਤਾਂ ਬੱਚੇ ਦੀ ਮਾਤਾ ਜੋ ਕੁਝ ਸਭ ਤੋਂ ਪਹਿਲਾਂ ਸਵੇਰੇ ਜਾਂ ਸਾਰਾ ਦਿਨ ਲਗਾਤਾਰ ਵੇਖੀ ਜਾਵੇਗੀ ਜਾਂ ਕਰੇਗੀ ਉਸ ਦਾ ਸੂਖਮ ਪ੍ਰਭਾਵ ਨਵੇਂ ਆਉਣ ਵਾਲੇ ਬੱਚੇ ਦੇ ਸੰਸਕਾਰਾਂ ਉੱਪਰ ਅਵਸ਼ਿਅ ਪੈਂਦਾ ਹੈ ਜਿਹੜੀ ਮਾਤਾ ਹਰ ਰੋਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇਗੀ ਨਿਤਨੇਮ ਤੇ ਹੋਰ ਗੁਰਬਾਣੀ ਪੜ੍ਹੇਗੀ ਸਾਰਾ ਦਿਨ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਕਰੇਗੀ ਜਾਂ ਗੁਰੂ ਦਾ ਕੀਰਤਨ ਸੁਣੇਗੀ ਪ੍ਰਭੂ ਚਰਨਾਂ ਨਾਲ ਆਪਣੀ ਬਿਰਤੀ ਜੋੜੀ ਰੱਖੇਗੀ ਉਸ ਦੇ ਨਿਤਨੇਮ ਦਾ ਅਤੇ ਇਹਨਾਂ ਬਾਕੀ ਧਾਰਮਿਕ ਸੰਸਕਾਰਾਂ ਦਾ ਅਸਰ ਜਨਮ ਲੈਣ ਵਾਲੇ ਬੱਚੇ ਉੱਪਰ ਅਵਸ਼ਿਅ ਪਵੇਗਾ ਤੇ ਦੂਜੇ ਪਾਸੇ ਜਿਹੜੀ ਮਾਤਾ ਸਾਰਾ ਦਿਨ ਟੈਲੀਵਿਜ਼ਨ ਉੱਪਰ ਨੰਤੀਆਂ ਵਾਲਿਆਂ ਦਾ ਨਾਚ ਵੇਖੇਗੀ ਸੀਰੀਅਲ ਵੇਖੇਗੀ ਅਸ਼ਲੀਲ ਗਾਣੇ ਸੁਣੇਗੀ ਫਿਰ ਉਸ ਦੇ ਘਰ ਨੰਨਤੀਆਂ ਪਾਉਣ ਤੇ ਅਸ਼ਲੀਲ ਸੰਸਕਾਰਾਂ ਵਾਲਾ ਸੰਸਕਾਰਾਂ ਵਾਲੇ ਬੱਚੇ ਹੀ ਆਮਦ ਕਰਨਗੇ ਇਸ ਕਰਕੇ ਸਾਨੂੰ ਸੁਚੇਤ ਹੋ ਕੇ ਇਸ ਪਾਸੇ ਧੀਰਗ ਧਿਆਨ ਦੇਣ ਦੀ ਲੋੜ ਹੈ ਤਕਰੀਬਨ ਸਾਰੇ ਪਰਿਵਾਰ ਬਾਬਾ ਜੀ ਦੀ ਸੋਚ ਨਾਲ ਸਹਿਮਤ ਹੋ ਕੇ ਇੱਕ ਵਾਰ ਤਾਂ ਚਿੜੀਆਂ ਮੋਰ ਤੋਤੇ ਬਾਂਦਰਾਂ ਦੇ ਬੁੱਤ ਸੈਲਫ ਜਾਂ ਅਲਮਾਰੀ ਚੋਂ ਲਾਂਬੇ ਕਰ ਦਿੰਦੇ ਪਰ ਕਈ ਵਾਰੀ ਮੁਰ ਦੇਖਾ ਦੇਖੀ ਜਾਂ ਧਾਰਮਿਕ ਸੰਸਕਾਰਾਂ ਤੇ ਸੰਗਤ ਦੀ ਘਾਟ ਕਾਰਨ ਮੁਰ ਉਹਨਾਂ ਜਾਨਵਰਾਂ ਨੂੰ ਕੁਝ ਦਿਨਾਂ ਬਾਅਦ ਅੰਗੀਠੀ ਜਾਂ ਅਲਮਾਰੀ ਵਿੱਚ ਸਜਾ ਦਿੰਦੇ। ਬਹੁਤੇ ਪਰਿਵਾਰ ਪੱਕੇ ਤੌਰ ਤੇ ਹੀ ਅਜਿਹੀ ਸਜਾਵਟ ਤੋਂ ਨਿਜਾਤ ਪ੍ਰਾਪਤ ਕਰ ਲੈਂਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਦਿੱਲੀ ਇੱਕ ਪਰਿਵਾਰ ਨੇ ਆਪਣੇ ਘਰ ਸ੍ਰੀ ਖੰਡਪਾਟ ਸਾਹਿਬ ਰਖਵਾਇਆ ਹੋਇਆ ਸੀ। ਉਹਨਾਂ ਨੇ ਬਾਬਾ ਜੀ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਬਾਬਾ ਜੀ ਵੀ ਨਿਯਤ ਦਿਨ ਤੇ ਉੱਥੇ ਪੁੱਜ ਗਏ। ਕਾਰਜਕ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦਾਸ ਵੀ ਬਾਬਾ ਜੀ ਦੇ ਨਾਲ ਹੀ ਸੀ। ਸ੍ਰੀ ਖੰਡਪੁਰ ਸਾਹਿਬ ਦੀ ਅਰੰਭਤਾ ਕਰਵਾ ਕੇ ਦੁਪਹਿਰ ਦਾ ਲੰਗਰ ਛਕਿਆ। ਥੋੜਾ ਆਰਾਮ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਇੱਥੋਂ 6-7 ਮੀਲ ਉੱਪਰ ਇੱਕ ਪ੍ਰੇਮੀ ਰਹਿੰਦੇ ਆ ਚਲੋ ਆਪਾਂ ਉਹਨਾਂ ਨੂੰ ਵੀ ਮਿਲਿਆਉਨੇ ਆ। ਬਾਬਾ ਜੀ ਪੰਜ-ਚਾਰ ਹੋਰ ਪ੍ਰੇਮੀਆਂ ਨਾਲ ਉਹਨਾਂ ਦੇ ਘਰ ਪੁੱਜੇ। ਘੰਟੀ ਵਜਾਈ। ਸਰਦਾਰ ਹੋਰੀ ਬਾਹਰ ਨਿਕਲੇ ਬੜੇ ਪ੍ਰੇਮ ਨਾਲ ਸ਼ਿੰਗਾਰੇ ਹੋਏ ਗੈਸਟ ਰੂਮ ਵਿੱਚ ਲੈ ਗਏ। ਗੇਸਟ ਰੂਮ ਦੇ ਦੋਵਾਂ ਸੋਫਿਆਂ ਉੱਪਰ ਦੋ ਵਾਢਾਕਾਰੀ ਜਿਨ੍ਹਾਂ ਦੇ ਮੂੰਹ ਬਾਂਦਰ ਨੁਮਾ ਸਿਰ ਬੰਦਿਆਂ ਵਾਲੇ ਤੇ ਢਾੜ ਰਿਸ਼ ਦੇ ਨਾਲ ਰਲਦੇ ਸਨ ਜੱਤ ਵਾਲੇ ਮਹਿਮਾਨਾਂ ਵਾਂਗ ਬਿਠਾਏ ਹੋਏ ਸਨ ਇੱਕ ਨੂੰ ਤਾਂ ਸਰਦਾਰ ਹੋਰਾਂ ਨੇ ਬੜੇ ਅਦਬ ਨਾਲ ਦੋਵਾਂ ਹੱਥਾਂ ਨਾਲ ਫੜ ਕੇ ਸੋਫੇ ਦੀ ਵਖਤੇ ਰੱਖ ਦਿੱਤਾ ਤੇ ਦੂਜੇ ਨੂੰ ਬਾਬਾ ਜੀ ਨੇ ਕੰਨੋ ਫੜ ਕੇ ਲਾਗੇ ਇੱਕ ਕੁਰਸੀ ਤੇ ਧਰ ਦਿੱਤਾ ਰਾਜੀ ਖੁਸ਼ੀ ਦੀ ਸਾਂਝ ਕਰਨ ਉਪਰੰਤ ਸਰਦਾਰ ਹੋਰਾਂ ਦੇ ਘਰੋਂ ਬੀਬੀ ਜੀ ਜਲਪਾਣੀ ਲੈ ਆਏ ਜਲਪਾਣੀ ਛਕਦੇ ਆ ਬਾਬਾ ਜੀ ਨੇ ਸਰਦਾਰ ਹੋਰਾਂ ਨੂੰ ਸੰਬੋਧਨ ਕਰਕੇ ਕਿਹਾ ਸਰਦਾਰ ਜੀ ਆ ਪਿਛਲੀ ਵਾਰੀ ਜਦੋਂ ਅਸੀਂ ਤੁਹਾਡੇ ਘਰ ਆਏ ਸੀ ਤਾਂ ਤੁਹਾਡੇ ਘਰ ਘੁਗੀਆਂ ਤੋਤੇ ਬਾਂਦਰਾਂ ਦੇ ਬੁੱਤ ਸਨ ਉਹ ਤਾਂ ਤੁਸੀਂ ਸਾਡੇ ਕਹਿਣ ਤੇ ਚੁੱਕ ਦਿੱਤੇ ਆ ਜੰਗਾ ਕੀਤਾ ਵੀ ਬੌਧੇ ਰੱਖਣ ਦੀ ਥਾਂ ਤੁਸੀਂ ਸੋਫਿਆਂ ਦੇ ਉੱਪਰ ਬੈਠਣ ਲਈ ਦੋ ਮਹਿਮਾਨ ਹੀ ਲੈ ਆਂਦੇ ਇਹ ਤਾਂ ਸਾਰੇ ਜਾਨਵਰਾਂ ਦਾ ਮਿਸ਼ਰਣ ਜਿਹਾ ਲੱਗਦਾ ਹੈ ਇਹਨਾਂ ਦੇ ਸਿਰ ਬੰਦਿਆਂ ਵਰਗੇ ਮੂੰਹ ਲੰਗੂਰ ਦੀ ਝਲਕ ਪਾਉਂਦਾ ਹੈ ਪੈਰ ਤੇ ਧੜ ਨੂੰ ਵੇਖ ਕੇ ਰੇਛੇ ਚ ਯਾਦ ਆਉਂਦਾ ਵਧੀਆ ਕੀਤਾ ਬਹੁਤੇ ਜਾਨਵਰ ਰੱਖਣ ਦੀ ਥਾਂ ਇਹਨਾਂ ਨੂੰ ਹੀ ਦੇਖ ਕੇ ਤਸੱਲੀ ਹੋ ਜਾਂਦੀ ਹੈ ਭਲਾ ਇਹਨਾਂ ਨੂੰ ਕਹਿੰਦੇ ਕੀ ਆ ਸਰਦਾਰ ਹੁਰੀ ਥੋੜਾ ਚੁੱਪ ਵੀ ਕਰ ਗਏ ਤੇ ਥੋੜੇ ਚਿਰ ਬਾਅਦ ਕਹਿਣ ਲੱਗੇ ਬਾਬਾ ਜੀ ਬੱਚੇ ਆਪਣੀ ਮਾਤਾ ਨਾਲ ਬਾਜ਼ਾਰ ਗਏ ਸੀ ਇਹਨਾਂ ਨੂੰ ਵੇਖ ਕੇ ਖੜੇ ਪੈ ਗਏ ਤੇ ਅਸੀਂ ਇਹ ਜ਼ਰੂਰ ਲੈਣੇ ਆ ਤੇ ਬਾਬਾ ਜੀ ਕਹਿਣ ਲੱਗੇ ਕਿ ਚਲੋ ਬਹੁਤੇ ਜਾਨਵਰ ਲਿਆਉਣ ਦੀ ਤਾਂ ਇੱਕੋ ਵਿੱਚ ਹੀ ਸਾਰਿਆਂ ਦੇ ਦਰਸ਼ਨ ਹੋ ਜਾਂਦੇ ਆ ਪਰ ਇਹਨਾਂ ਨੂੰ ਖਰੀਦਿਆ ਕਿਸ ਨਾਮ ਨਾਲ ਆ ਭਾਵ ਕਹਿੰਦੇ ਕੀ ਆ ਸਰਦਾਰ ਜੀ ਸ਼ਰਮਸਾਰਜੇ ਹੋ ਕੇ ਹੱਸਦੇ ਹੱਸਦੇ ਕਹਿਣ ਲੱਗੇ ਜੀ ਪੰਜਾਬੀ ਵਿੱਚ ਤਾਂ ਪਤਾ ਨਹੀਂ ਕੀ ਕਹਿੰਦੇ ਆ ਪਰ ਅੰਗਰੇਜ਼ੀ ਵਿੱਚ ਇਹਨਾਂ ਦਾ ਨਾਮ ਟੈਡੀ ਬੇਅਰ ਆ ਕ੍ਰੂਦੀ ਭਾਲੂ ਜਿਹਨੂੰ ਆਪਾਂ ਕਹਿੰਨੇ ਆ ਅੰਗਰੇਜ਼ੀ ਵਿੱਚ ਜ ਇਹਨਾਂ ਨੂੰ ਟੈਡੀ ਬੇਅਰ ਸੱਦੇ ਆ ਬਾਬਾ ਜੀ ਦੇ ਨਾਲ ਇੱਕ ਪ੍ਰੋਫੈਸਰ ਵੀ ਸੀ ਬਾਬਾ ਜੀ ਉਹਨੂੰ ਸੰਬੋਧਨ ਕਰਕੇ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਆ ਤੁਸੀਂ ਇਹ ਨਾ ਸ਼ਬਦਾਂ ਦਾ ਉਲੱਥਾ ਕਰਕੇ ਸਾਨੂੰ ਦੱਸਿਓ ਕਿ ਅੰਗਰੇਜ਼ੀ ਸਾਨੂੰ ਬਹੁਤੀ ਸਮਝ ਨਹੀਂ ਪੈਂਦੀ ਟੈਡੀ ਬੀਅਰ ਦਾ ਅਰਥ ਕੀ ਆ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਜੀ ਟੈਡੀ ਦਾ ਅਰਥ ਹੁੰਦਾ ਜੀ ਸ਼ਰਾਰਤੀ ਖਰੂਦੀ ਤੇ ਬੀਅਰ ਦਾ ਅਰਥ ਹੁੰਦਾ ਭਾਲੂ ਜਾਰੇ ਵਿੱਚ ਤੇ ਆ ਬਾਬਾ ਜੀ ਬੜੇ ਬਲਾਸ ਵਿੱਚ ਕਹਿਣ ਲੱਗੇ ਕਿ ਰੇਸ਼ ਤਾਂ ਇੱਕ ਘਰ ਵਿੱਚ ਵੱਢ ਜਾਵੇ ਤਾਂ ਸਾਰੇ ਘਰ ਵਾਲਿਆਂ ਨੂੰ ਬਾਹਰ ਕੱਢ ਦਿੰਦਾ ਇਹ ਤਾਂ ਖਰੂਦੀ ਰੇਸ਼ ਆ ਤੇ ਫਿਰ ਹਨ ਵੀ ਦੋ ਇਹ ਤੁਹਾਡਾ ਕੀ ਹਾਲ ਕਰਨਗੇ ਬਾਬਾ ਜੀ ਕਹਿਣ ਲੱਗੇ ਕਿ ਭਾਈ ਮਹਿਸੂਸ ਨਾ ਕਰਨਾ ਪਹਿਰੇਦਾਰ ਦਾ ਕੰਮ ਹੁੰਦਾ ਪਹਿਰਾ ਦੇਣਾ ਹੋਕਾ ਦੇਣਾ ਰਾਤ ਨੂੰ ਆਵਾਜ਼ਾਂ ਮਾਰਨੀਆਂ ਪਹਿਰੇਦਾਰ ਦੀ ਆਵਾਜ਼ ਸੁਣ ਕੇ ਜੋ ਸਾਵਧਾਨ ਹੋ ਜਾਂਦੇ ਨੇ ਉਹ ਬਚ ਜਾਂਦੇ ਨੇ ਜੋ ਪਹਿਰੇਦਾਰ ਦੀ ਆਵਾਜ਼ ਸੁਣ ਕੇ ਸੁਣੀ ਅਣ ਸੁਣੀ ਕਰ ਦੇਣਗੇ ਤੇ ਕਹਿਣਗੇ ਕਿ ਇਹ ਤਾਂ ਤਾਂ ਕੰਮ ਤਾਂ ਹੈ ਹੀ ਆਵਾਜ਼ਾਂ ਮਾਰਨੀਆਂ ਉਹ ਇੱਕ ਦਿਨ ਅਵਾਜ ਚ ਲੁੱਟੇ ਜਾਣਗੇ ਸੋ ਇਸ ਕਰਕੇ ਮੈਂ ਗੁਰੂ ਦੀ ਚੌਂਕੀਦਾਰੀ ਕਰਦਾ ਤੇ ਕਰਦੇ ਰਹਿਣਾ ਅਖੀਰਲੇ ਸਵਾਸਾਂ ਤੱਕ ਕਰੀ ਹੀ ਜਾਣੀ ਹੈ ਜੋ ਸਤਗੁਰਾਂ ਨੇ ਗੁਰਬਾਣੀ ਗੁਰਸ਼ਬਦ ਦੇ ਅਨੁਭਵ ਰਾਹੀਂ ਸਾਨੂੰ ਸੋਝੀ ਬਖਸ਼ੀ ਹੈ ਨਾ ਉਸ ਦਾ ਮੈਂ ਤਾਂ ਹੋਕਾ ਦੇਈ ਜਾਣਾ ਹੈ ਸਚਾਈ ਦਾ ਹੋਕਾ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਬਿਨਾਂ ਉਹਦੀ ਪ੍ਰਵਾਹ ਦੇ ਆਪਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਪੁਕਾਰੀ ਹੀ ਜਾਣਾ ਹੈ ਮੇਰੇ ਮਨ ਮਨ ਮੇਰੇ ਅਨੰਦਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਝ ਪੜੇਗੀ ਖੇਤ ਜੋ ਗੁਰੂ ਸ਼ਬਦ ਤੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਉਸ ਨੂੰ ਆਪਣੇ ਜੀਵਨ ਵਿੱਚ ਅਸਲੀ ਜਾਮਾ ਪਹਿਨਾ ਦੇਣਗੇ ਉਹ ਗੁਰੂ ਅਮਰਦਾਸ ਜੀ ਦੇ ਫਰਮਾਨ ਜੋ ਜਾਗੇ ਸੋ ਉਬਰੇ ਉਹ ਬਾਤ ਜਾਣਗੇ ਨਹੀਂ ਤੇ ਸੂਤੇ ਗਏ ਮੁਹਾਏ ਦਾ ਫਰਮਾਨ ਤਾਂ ਨਾ ਸੁਣਨ ਵਾਲਿਆਂ ਉੱਪਰ ਜਾਂ ਸੁਣੀ ਅਨ ਸੁਣੀ ਕਰਨ ਵਾਲਿਆਂ ਉੱਪਰ ਵਰਤੀ ਜਾਣਾ ਪਰਵਾਰ ਪ੍ਰੇਮੀ ਸੀ ਬਾਬਾ ਜੀ ਦੇ ਉਹਨਾਂ ਦੇ ਭਲੇ ਹਿੱਤ ਪਿਆਰ ਭਰੇ ਤੇ ਰੋਹੀ ਰੰਗਣ ਵਿੱਚ ਰੰਗੇ ਹੋਏ ਸ਼ਬਦਾਂ ਨੇ ਉਹਨਾਂ ਦੇ ਹਿਰਦੇ ਉੱਪਰ ਅਸਰ ਕੀਤਾ ਸਿਉਣਾ ਦੋਵਾਂ ਜੀਆਂ ਨੇ ਅਗਾਹ ਤੋਂ ਅਜਿਹੇ ਟੈਡੀ ਬੇਅਰ ਇਹ ਤਾਤਕ ਨੂੰ ਘਰ ਵਿੱਚ ਨਾ ਰੱਖਣ ਦਾ ਬਚਨ ਕੀਤਾ ਤੇ ਆਖਿਆ ਕਿ ਬਾਬਾ ਜੀ ਸਾਡੀ ਵੱਲੋਂ ਬੇਸ਼ੱਕ ਤੁਸੀਂ ਇਹਨਾਂ ਨੂੰ ਨਾਲ ਲੈ ਜਾਓ ਸਾਨੂੰ ਨਹੀਂ ਇਹ ਚਾਹੀਦੇ ਬਾਬਾ ਜੀ ਕਹਿਣ ਲੱਗੇ ਕਿ ਕਾਰ ਵਿੱਚ ਸਾਡੀਆਂ ਸਵਾਰੀਆਂ ਭਾਈ ਪੂਰੀਆਂ ਜੇ ਅਸੀਂ ਇਹਨਾਂ ਨੂੰ ਖੜਦੇ ਹਾਂ ਤਾਂ ਦੋ ਸਵਾਰੀਆਂ ਸਾਨੂੰ ਤੁਹਾਡੇ ਘਰ ਛੱਡਣੀਆਂ ਪੈਣੀਆਂ ਹਨ ਤੁਸੀਂ ਇੰਜ ਕਰੋ ਤੁਹਾਡੇ ਘਰ ਦੀ ਚੀਜ਼ ਨਾਲ ਤੁਹਾਡੀ ਘਰ ਦੀ ਚੀਜ਼ ਨਾਲੇ ਘਰ ਵਿੱਚ ਹੀ ਰਹਿ ਜਾਏਗੀ ਤੁਸੀਂ ਕਿਸੇ ਬੀਬੀ ਨੂੰ ਜੋ ਸਿਉਣਾ ਜਾਣਦੀ ਆ ਉਹਨੂੰ ਬੁਲਾਓ ਇਹਨਾਂ ਟੈਡੀ ਬੇਰਾਂ ਦੇ ਨਾਪ ਦੇ ਚਿੱਟੇ ਕੱਪੜੇ ਜਾਂ ਗਲਾਬਸ ਲਾ ਕੇ ਇਹਨਾਂ ਨੂੰ ਉਹਨਾਂ ਵਿੱਚ ਪਾ ਦਿਓ ਤੁਹਾਨੂੰ ਕੁਰਸੀ ਜਾਂ ਮੂੜੇ ਦੀ ਥਾਂ 'ਤੇ ਬੈਠਣ ਦਾ ਕੰਮ ਦੇਣਗੇ ਬੜੇ ਸੋਹਣੇ ਤੇ ਗੁੱਦਗੁਦੇ ਸੁਰਹਾਣੇ ਜਾਂ ਮੂੜੇ ਬਣ ਜਾਣਗੇ ਬੀਬੀ ਜੀ ਨੇ ਨਾਲ ਦੀ ਗਵਾਂਡਣ ਦੀ ਕੁੜੀ ਨੂੰ ਸਦਿਆ ਤੇ ਚਿੱਟੀ ਚਾਦਰ ਲੈ ਆਂਦੀ ਤੇ ਵੇਖਦਿਆਂ-ਵੇਖਦਿਆਂ ਬੱਚੀ ਨੇ ਦੋ ਕਲਾਫ ਟੈਡੀ ਬੇਰਾਂ ਨੂੰ ਸਿਉ ਕੇ ਉੱਪਰ ਨੇਫਾ ਪਾ ਕੇ ਨਾਲਾ ਪਾ ਦਿੱਤਾ ਤੇ ਟੈਡੀ ਬੇਰਾਂ ਨੂੰ ਦੋ ਮੂੜਿਆਂ ਦਾ ਰੂਪ ਦੇ ਦਿੱਤਾ ਬਾਬਾ ਜੀ ਨੇ ਸਰਦਾਰ ਜੀ ਤੇ ਬੀਬੀ ਦਾ ਧੰਵਾਦ ਕੀਤਾ ਕਿ ਭਾਈ ਚੰਗਾ ਕੀਤਾ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ ਤੇ ਪਿਆਰ ਵਿੱਚ ਪਰਿਵਾਰ ਨੇ ਵੀ ਖੇਮਾ ਮੰਗੀ ਤੇ ਬਾਬਾ ਜੀ ਨੇ ਸੰਗਤ ਸਮੇਤ ਆਪਣੇ ਨਿੱਜੀ ਟਿਕਾਣੇ ਜਿੱਥੇ ਉਹਨਾਂ ਦੀ ਰਹਿائش ਸੀ ਉੱਥੇ ਜਾਣ ਲਈ ਉਹਨਾਂ ਪਾਸੋਂ ਵਧਾਈਗੀ ਲੈ ਲਈ